ਅੱਜ ਆਪਾਂ ਬੇਕਰੀ ਜਾਂਦੇ ਹਾਂ ਗੁੱਲੀ ਡੰਡੇ ਵਾਲੀ, ਜਿਹੜੀ 3 ਦਿਨਾਂ ਦੇ ਵਿੱਚ ਵਿੱਚ 72 ਘੰਟਿਆਂ ਦੇ ਵਿੱਚ ਵਿੱਚ ਆਪਾਂ ਕਰਨੀ ਹੁੰਦੀ ਆ। ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀਗੀ ਇਹਦੇ 'ਤੇ, ਅਤੇ ਬਹੁਤ ਜ਼ਰੂਰੀ ਆ ਸਪਰੇਅ ਕਰਨੀ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਜੇ ਗੁੱਲੀ ਡੰਡਾ ਹੋ ਗਿਆ ਤਾਂ ਕਣਕ ਦਾ ਝਾੜ ਨਹੀਂ ਨਿਕਲਦਾ, ਜਿੰਨਾ ਮਰਜ਼ੀ ਤੁਸੀਂ ਖਾਦ ਖੁਰਾਕਾਂ ਪਾ ਲਓ। ਸਪਰੇਅ ਇਸ ਤਰ੍ਹਾਂ ਹੋਣੀ ਚਾਹੀਦੀ ਆ, ਮਤਲਬ 200 ਲੀਟਰ ਪਾਣੀ ਕਿੱਲੇ ਦਾ ਆਪਾਂ ਲਾਉਣਾ ਜ਼ਰੂਰੀ ਹੈ ਸਪਰੇਅ ਵਾਸਤੇ। ਅੱਜ ਆਪਾਂ ਬਾਬੇ ਦੀ ਕਿਰਪਾ ਨਾਲ ਕਣਕ ਦਾ ਕੰਮ ਸਮਾਪਤ ਕਰਤਾ 20 ਨਵੰਬਰ 2024, ਅਤੇ ਲਾਸਟ ਆ ਸਪਰੇਅ ਕਰੀ ਜਾਂਦਾ। ਮੈਂ ਸੋਚਿਆ ਇੱਕ ਵੀਡੀਓ ਹੋਰ ਪਾ ਦਈਏ। ਕਈ ਕਿਸਾਨ ਭਰਾਵਾਂ ਨੂੰ, ਕਈ ਜਿਹੜੇ ਨਵੇਂ ਮੁੰਡੇ ਖੇਤੀ ਕਰਦੇ ਆ, ਕਹਿੰਦੇ ਨੂੰ ਨਹੀਂ ਪਤਾ ਹੁੰਦਾ ਗਾ, ਪਤਾ ਲੱਗ ਜਾਂਦਾ। ਮੈਂ 4-5 ਕੰਪਨੀਆਂ ਦੀ ਸਪਰੇਅ ਕਰੀ ਆ, ਮੈਨੂੰ ਸਭ ਤੋਂ ਵਧੀਆ ਸਪਰੇਅ ਜਿਹੜੀ ਲੱਗੀ ਸੁਦਰਸ਼ਨ ਕੰਪਨੀ ਦੀ ਲੱਗੀ, ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ। ਵਧੀਆ ਕਿਵੇਂ ਲੱਗੀ, ਜਦੋਂ ਆਪਾਂ ਇਹ ਸਪਰੇਅ ਕਰਦੇ ਹਾਂ ਤਾਂ ਕੰਪਨੀ ਕਹਿੰਦੀ ਆ ਵੀ ਸਪਰੇਅ ਕਰਕੇ ਵਾਹਣ ਦੇ ਵਿੱਚ ਨਾ ਤਾਂ ਟਰੈਕਟਰ ਨਾ ਬੰਦਾ ਕੋਈ ਵੜਨਾ ਨਹੀਂ ਗਾ ਚਾਹੀਦਾ, ਮਤਲਬ ਮਿੱਟੀ ਹੱਲੇ ਨਾ, ਜੇ ਪੈੜਾਂ ਹੋ ਗਈਆਂ ਜਾਂ ਟਰੈਕਟਰ ਵੜ ਗਿਆ ਤਾਂ ਉੱਥੇ ਤਾਂ ਗੁੱਲੀ ਡੰਡਾ ਜਾਂ ਨਦੀਨ ਹੋ ਜਾਂਦੇ ਆ, ਕੰਪਨੀ ਦਾ ਕਹਿਣਾ ਹੈ। ਤਾਂ ਮੇਰਾ ਤਜਰਬਾ ਇਹ ਹੈ, ਮੈਂ ਹੁਣ ਪਿਛਲੀ ਵਾਰੀ ਇਹ ਸਪਰੇਅ ਕਰੀ ਸੀਗੀ, ਛੱਟੀਆਂ ਵਿੱਚ ਵਾਹੀਆਂ ਸੀਗੀਆਂ, ਸਪਰੇਅ ਕਰਕੇ ਅਸੀਂ ਸਪਰੇਅ ਕਰਕੇ ਅਤੇ ਅਸੀਂ 3-4 ਦਿਨ ਜਦੋਂ ਖੇਤ ਗਏ, ਜਦੋਂ ਖੇਤ ਗਏ ਤਾਂ ਉਹ ਬਾਲਣ ਚੁੱਗਣ ਵਾਲਿਆਂ ਨੇ, ਛੱਟੀਆਂ ਚੁੱਗਣ ਵਾਲਿਆਂ ਨੇ ਸਾਰਾ ਵਾਹਣ ਫਰੋਲਤਾ, ਮਤਲਬ ਛੱਟੀਆਂ ਚੁੱਕ ਚੁੱਕ ਕੇ। ਮੈਂ ਕਿਹਾ ਯਾਰ ਵੀ ਇਹ ਤਾਂ ਵਾਹਣ ਸਾਰਾ ਫਰੋਲਿਆ ਗਿਆ ਅਤੇ ਗੁੱਲੀ ਡੰਡਾ ਤਾਂ ਹੋ ਜੂਗਾ, ਨੁਕਸਾਨ ਹੋ ਗਿਆ। ਮੈਂ ਕਿਹਾ ਚਲੋ ਦੇਖੀ ਜਾਊ, ਪਰ ਯਕੀਨ ਕਰਕੇ ਜਾਣਾ ਨਾਲੇ ਸਾਰਾ ਵਾਹਣ ਫਰੋਲਿਆ ਗਿਆ ਸੀਗਾ, ਗੁੱਲੀ ਡੰਡਾ ਇੱਕ ਡੱਕਾ ਵੀ ਨਹੀਂ ਗਿਆ ਹੋਇਆ ਗਾ ਉਹਦੇ 'ਚ, ਇੰਨਾ ਵਧੀਆ ਦਾ ਰਿਜ਼ਲਟ ਹੈ। ਰੇਟ ਇਹ ਪੈਂਦੀ ਹੈ ਤਕਰੀਬਨ 850 ਦੇ ਲਗਭਗ ਜੇ ਪੈਂਦੀ ਹੈ, ਕੋਈ 10-20 ਰੁਪਏ ਘੱਟ ਹੀ ਪੈਂਦੀ ਹੈ 850 ਤੋਂ। ਅਲੱਗ ਅਲੱਗ ਸ਼ਹਿਰਾਂ ਦਾ ਕਈ ਵਾਰੀ ਅਲੱਗ ਅਲੱਗ ਰੇਟ ਹੁੰਦਾ। ਅਤੇ ਸਪਰੇਅ ਜਿਹੜੀ ਹੈ, ਸਪਰੇਅ ਵੀ ਤੁਹਾਨੂੰ ਦੱਸ ਦਿੰਦੇ ਹਾਂ, ਸਪਰੇਅ ਹੈਗੀ ਹੈ, ਆਹ ਸਪਰੇਅ ਦਾ ਨਾਂ ਹੈ ਰੋਕਸਾਫੈਨ ਇਹਦਾ ਨਾਂ ਹੈ। ਇਹਦੇ 'ਚ ਸਾਲਟ ਹੈਗਾ, ਪੈਰੋ ਆਹ ਦੇਖ ਲਓ, ਬੋਲ ਕੇ ਵੀ ਆਪਾਂ ਦੱਸ ਦਿੰਦੇ ਹਾਂ, ਪੈਰੋਕਸਾ ਸਲਫਾਨ ਇਹਦੇ 'ਚ ਸਾਲਟ ਹੈ 85%, 85% ਪੈਰੋਕਸਾ ਸਲਫਾਨ ਇਹਦੇ 'ਚ ਸਾਲਟ ਹੈ। ਤਾਂ ਇਹਦੇ 'ਚ 60 ਗ੍ਰਾਮ ਸਪਰੇਅ ਹੈ, ਸੇਵੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਸੇਵੀਆਂ ਵਾਲੀ ਬਾਲਟੀ 'ਚ ਘੋਲ ਕੇ ਬਾਅਦ 'ਚ ਡਰੰਮ 'ਚ ਪਾ ਕੇ ਅਤੇ ਕਰ ਦੇਣੀ ਹੈ ਆਪਾਂ। ਪਰ ਇੱਕ ਧਿਆਨ ਰੱਖਿਓ ਵੀ ਪਾਣੀ 200 ਲੀਟਰ ਕਿੱਲੇ ਦਾ ਆਪਾਂ ਲਾਉਣਾ, 200 ਲੀਟਰ ਤੋਂ ਘੱਟ ਪਾਣੀ ਨਹੀਂ ਗਾ ਲਾਉਣਾ ਗਾ। ਅਸੀਂ ਹੁਣ ਇਹ 600 ਲੀਟਰ ਦੀ ਟੈਂਕੀ ਆ, 3 ਕਿੱਲਿਆਂ 'ਚ ਪਾਉਣੇ ਆ 600 ਲੀਟਰ ਦੀ ਟੈਂਕੀ। ਇਹਦਾ ਆਪਾਂ ਨੂੰ ਫਾਇਦੇ ਕੀ ਹੈ, ਫਾਇਦਾ ਇਹ ਹੈ ਵੀ ਇੱਕ ਤਾਂ ਗੁੱਲੀ ਡੰਡੇ ਦਾ ਕੰਮ ਅੱਜ ਹੀ ਆਪਣਾ ਮੁੱਕ ਗਿਆ, ਖਤਮ ਹੋ ਗਿਆ, ਵੀ 1.5 ਮਹੀਨੇ ਨੂੰ ਆਪਾਂ ਸਪਰੇਅ ਕਰਨੀ ਹੈ ਗੁੱਲੀ ਡੰਡੇ ਵਾਲੀ, ਉਦੋਂ ਨੂੰ ਮੌਸਮ ਪਤਾ ਨਹੀਂ ਕਿਵੇਂ ਹੋਊਗਾ ਜਾਂ ਕੀ ਹੋਊਗਾ, ਗੁੱਲੀ ਡੰਡਾ ਕਿੰਨਾ ਵੱਡਾ ਹੋ ਜੂ ਫਿਰ ਮਰਦਾ ਨਹੀਂ ਗਾ, ਇੱਕ ਤਾਂ ਆਪਣਾ ਕੰਮ ਮੁੱਕ ਗਿਆ। ਦੂਜਾ ਨੰਬਰ, ਜਦੋਂ ਕਣਕ ਹੀ ਇਕੱਲੀ ਉੱਗੀ, ਨਦੀਨ ਨਾ ਕੋਈ ਉੱਗਰਿਆ, ਇੱਧਰ ਨੂੰ ਹੋ ਜਾ, ਜਦੋਂ ਨਦੀਨ ਨਾ ਉੱਗਰਿਆ, ਕਣਕ ਹੀ ਇਕੱਲੀ ਉੱਗਰੀ, ਤਾਂ ਆਪਾਂ ਨੂੰ ਕਣਕ ਦੇ ਝਾੜ 'ਤੇ ਵੀ ਫਰਕ ਪਊਗਾ, ਝਾੜ ਵਧੀਆ ਮਿਲੂਗਾ ਜਦੋਂ ਇਕੱਲੀ ਕਣਕ ਹੀ ਉੱਗਰੀ। ਤੀਜਾ ਫਾਇਦਾ ਇਹ ਆ ਵੀ ਜਦੋਂ ਗੁੱਲੀ ਡੰਡਾ ਹੋ ਜਾਏ, ਜਦੋਂ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਕੋਈ ਮਰਜ਼ੀ ਸਪਰੇਅ ਕਰ ਲਈਏ, ਚਾਹੇ ਉਹ ਆਪਾਂ ਕਰ ਲਈਏ ਟੋਪਿਕ ਕਰ ਲਈਏ ਜਾਂ ਹੋਰ ਕੋਈ ਵੀ ਸਾਲਟ ਕਰ ਲਈਏ, ਜਦੋਂ ਗੁੱਲੀ ਡੰਡਾ ਹੋ ਜਾਏ, ਹੁਣ 2-3-4 ਸਾਲ ਹੋ ਗਏ ਗੁੱਲੀ ਡੰਡਾ ਮਰਨ ਨੂੰ ਹਟ ਗਿਆ, ਤਾਂ ਇਹਦੇ ਨਾਲ ਉੱਗਰਦਾ ਨਹੀਂ ਗਾ ਗੁੱਲੀ ਡੰਡਾ, ਜਮਾਂ ਹੀ ਨਹੀਂ, ਬਿਲਕੁਲ ਹੀ ਨਹੀਂ ਉੱਗਰਦਾ ਜੇ ਤੁਸੀਂ ਤਸੱਲੀ ਨਾਲ ਸਪਰੇਅ ਕਰਨੀ ਹੈ। 200 ਲੀਟਰ ਪਾਣੀ ਲਾਉਣਾ, 3 ਦਿਨਾਂ ਦੇ ਵਿੱਚ ਕਰਨੀ ਹੁੰਦੀ ਹੈ, 72 ਘੰਟਿਆਂ ਦੇ ਵਿੱਚ ਐਂ ਸਪਰੇਅ ਕਰਨੀ ਆ, ਇੰਨਾ ਪ੍ਰੈਸ਼ਰ ਹੋਵੇ, ਇੰਨੀ ਧਰਤੀ ਗਿੱਲੀ ਹੁੰਦੀ ਜਾਵੇ, ਡਰੰਮ ਥੋੜ੍ਹਾ ਟੈਂਕੀ ਨੀਵੀਂ ਕਰਕੇ, ਮਤਲਬ ਥੱਲੇ ਟੈਂਕੀ ਕਰਕੇ ਇਸ ਤਰ੍ਹਾਂ ਸਪਰੇਅ ਕਰਨੀ ਆ ਆਪਾਂ। ਜੇ ਆਪਾਂ ਛੋਟੀਆਂ ਢੋਲੀਆਂ ਨਾ ਕਰਾਉਂਦੇ ਹਾਂ, ਭੁੰਡਾ ਜਾਂ ਨਾ ਕਰਾਉਂਦੇ ਹਾਂ,
ਤਾਂ ਉਹ ਵੀ ਆਪਣੀਆਂ ਘੱਟੋ ਘੱਟ 7-8 ਭੂੰਡ ਜੇ ਲੱਗਣ, ਨੇੜੇ ਨੇੜੇ ਜਗ੍ਹਾ ਨਾ ਰਹੇ, ਜਿੱਥੇ ਜਗ੍ਹਾ ਰਹਿ ਗਈ ਹੋ ਜੂਗੀ ਉੱਥੇ ਗੁੱਲੀ ਡੰਡਾ ਹੋ ਜੂਗਾ, ਜਗ੍ਹਾ ਨਹੀਂ ਰਹਿਣੀ ਚਾਹੀਦੀ ਜੀ। ਤਾਂ ਇੰਨੀ ਕੁ ਵੀਡੀਓ ਹੈ, ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੇ, ਅੱਗੇ ਆਪਾਂ ਵੀਡੀਓ ਕਣਕ 'ਤੇ ਵੀ ਜ਼ਰੂਰ ਪਾਵਾਂਗੇ, ਕਣਕ ਦੀਆਂ ਆਪਾਂ ਕਈ ਵਰਾਇਟੀਆਂ ਬੀਜੀਆਂ। ਤਾਂ ਮੈਂ ਦੁਬਾਰਾ ਫਿਰ ਬੇਨਤੀ ਕਰਦਾ, ਜਿੰਨਾ ਮੇਰੇ ਕਿਸਾਨ ਵੀਰਾਂ ਦੇ ਨਰਮਾ ਹੁੰਦਾ ਜਾਂ ਨਦੀਨ ਜ਼ਿਆਦਾ ਹੁੰਦੇ ਆ, ਤਾਂ 72 ਘੰਟਿਆਂ ਦੇ ਵਿੱਚ ਕਣਕ ਬੀਜ ਕੇ ਇਹ ਸਪਰੇਅ ਕਰਨੀ ਬਹੁਤ ਜ਼ਰੂਰੀ ਹੈ। ਟਾਈਮ ਕੁਛ ਵੀ ਨਹੀਂ ਲੱਗਦਾ ਜੇ ਆਪਣੇ ਕੋਲ ਟੈਂਕੀ ਆ, ਤਾਂ ਹੁਣ ਸਾਨੂੰ 5 ਕਿੱਲੇ ਵਹਾਉਣਾ, ਹਜੇ 1 ਘੰਟਾ ਹੋਇਆ ਇਹਨੂੰ ਤਾਂ ਕਰਤੀ, ਕੰਮ ਖਤਮ। ਇੰਨੀ ਕੁ ਜਾਣਕਾਰੀ ਸੀ, ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੇ। ਸਤਿ ਸ਼੍ਰੀ ਅਕਾਲ, ਧੰਨਵਾਦ ਸਾਰਿਆਂ ਦਾ ਜੀ।